ਨਾਮ ਬੇਟਾ ਆਪਣਾ? ਰਮਨਦੀਪ ਸਿੰਘ ਮੰਗੜੀ। ਬੇਟਾ ਕਿਸ ਤਰ੍ਹਾਂ ਦੇਖਦੇ ਹੋ ਜੋ ਗਲੀਆਂ ਦੇ ਵਿਕਾਸ ਹੋਏ ਨੇ, ਤੁਹਾਡੀ ਗਲੀ ਬਣੀ ਹੈ, ਕਿੰਨੇ ਕੁ ਸਹੀ ਤਰੀਕੇ ਨਾਲ ਕੰਮ ਹੋਇਆ? ਇਹ ਜੀ ਕੋਈ ਸਹੀ ਤਰੀਕੇ ਨਾਲ ਕੰਮ ਨਹੀਂ ਹੋਇਆ। ਜਿੱਦਣ ਬਾਰਿਸ਼ ਹੋਈ ਹੈ ਉਦਣ ਗਲੀ ਦੇ ਆਲੇ ਦੁਆਲੇ ਇੰਨੇ ਟੋਏ ਪੈ ਗਏ ਜੀ। ਮੇਰਾ ਸਾਈਕਲ ਵਿੱਚ ਆਪ ਗਿਰ ਗਿਆ, ਮੈਂ ਆਪ ਗਿਰਿਆ, ਮੇਰੇ ਸੱਟ ਵੀ ਲੱਗੀ ਹੈ ਜੀ। ਜਿੰਨੀ ਵੀ ਟੋਏ ਸੀ ਗਲੀਆਂ ਦੇ, ਮੈਂ ਆਲੇ ਦੁਆਲੇ ਆਪ ਇੱਟਾਂ ਲਈਆਂ ਨੇ, ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਜੀ। ਇਹ ਗਲੀਆਂ ਦੇ ਵਿੱਚ ਜਿਹੜੇ ਇਹਨਾਂ ਨੇ ਮਿੱਟੀ ਪਈ ਹੈ ਉਹਦੇ ਵਿੱਚ 10 ਮਿੰਟ ਪੈਣਾ ਚਾਹੀਦਾ ਸੀ, ਨਾ ਇੱਥੇ ਰੋਡ ਰੋਲਰ ਫੇਰੇ ਗਏ ਆ, ਇਹ ਸਿੱਧੀਆਂ ਗਲੀਆਂ ਬਣਾਤੀਆਂ, ਫਾਹ ਵੜਤਾ ਜੀ ਇੱਕ ਤਰ੍ਹਾਂ ਦਾ। ਸ਼ੰਮੀ ਮੰਗੜੀ ਜੀ, ਸ਼ੰਮੀ ਜੀ ਮਹੱਲੇ ਵਿੱਚ ਗਲੀ ਬਣੀ ਹੈ, ਕੀ ਪਰੇਸ਼ਾਨੀ ਤੁਹਾਨੂੰ ਗਲੀ ਤੋਂ? ਤੁਸੀਂ ਇੱਕ ਮੰਗ ਪੱਤਰ ਦੇ ਕੇ ਆਓਗੇ ਪ੍ਰਸ਼ਾਸਨ ਦੇ ਅਗੇਂਸਟ ਜੀ? ਸਰ ਇੱਥੇ ਗਲੀ ਬਣੀ ਸੀ ਸਾਡੀ, ਇੱਕ ਮੀਂਹ ਪਿਆ, ਐਂ ਮੰਨੋ ਵੀ 20 ਤੋਂ 25 ਜਗ੍ਹਾ ਗਲੀ ਸਾਰੀ ਦੱਬ ਗਈ ਹੈ, ਜਿਹੜੀ ਕਿ ਜਿੱਥੋਂ ਦਬੀ ਆ ਉੱਥੇ ਮਿੱਟੀ ਪਾਈ ਹੋਈ ਆ, ਉਹਦਾ ਕੋਈ ਹੱਲ ਨਹੀਂ ਹੈਗਾ। ਹਾਲੇ ਤਾਂ ਇੱਕ ਮੀਂਹ ਪਿਆ, ਜਿੱਦਣਾ ਕਿਤੇ 2-4 ਮੀਂਹ ਇਕੱਠੇ ਪੈ ਗਏ, ਆਹ ਗਲੀ ਹੋ ਨਹੀਂ ਰਹਿਣੀ। ਤੁਸੀਂ ਆਪ ਦੇਖ ਲਿਓ ਵੀ ਕੀ ਹਾਲ ਹੋਊਗਾ, ਹਾਲੇ 1 ਮਹੀਨਾ ਨਹੀਂ ਹੋਇਆ ਗਲੀ ਬਣੀ ਨੂੰ। ਦੱਸੋ ਜੀ, ਇੰਨਾ ਮਾੜਾ ਕੰਮ ਕੀਤਾ ਠੇਕੇਦਾਰਾਂ ਨੇ, ਪ੍ਰਸ਼ਾਸਨ ਗੌਰ ਨਹੀਂ ਕਰਦਾ। ਅਸੀਂ ਮੰਗ ਪੱਤਰ ਦੇ ਕੇ ਆਏ ਵੀ ਸਾਡਾ ਹੱਲ ਕੀਤਾ ਜਾਵੇ ਇਹ, ਅੱਗੇ ਮੀਂਹ ਆ ਗਏ ਅਸੀਂ ਕੀ ਕਰਾਂਗੇ? ਸਾਨੂੰ ਤਾਂ ਵਿਆਹ ਜਿੱਦਣ ਗਲੀ ਬਣੀ ਆ, ਹਾਲੇ ਮਹੀਨਾ ਹੋਇਆ, ਅਤੇ ਜਿੱਦਣ ਬਣਨ ਲੱਗੀ ਸੀ ਸਾਨੂੰ ਤਾਂ ਵਿਆਹ ਜਿੰਨਾ ਚਾਹੋਗੇ ਅਸੀਂ ਵੀ ਚੱਲ 2.5-3 ਸਾਲਾਂ ਦੇ ਨਰਕ ਭੋਗ ਰਹੇ ਹਾਂ, ਵੀ ਚੱਲ ਸੁਖੀ ਹੋਵਾਂਗੇ, ਆਉਣਾ ਜਾਣਾ ਵਧੀਆ ਰਹੂਗਾ। ਨਹੀਂ ਤਾਂ ਐਂ ਮੰਨੋ ਜੀ ਉਹ ਪਿੱਛੋਂ ਲੈ ਕੇ ਉੱਥੇ ਤੱਕ ਜਵਾਕਾਂ ਨੂੰ ਤੋਰ ਕੇ ਲੈ ਕੇ ਜਾਣਾ, ਬੱਸ ਕੋਈ ਨਹੀਂ ਤੇ ਆਉਂਦੀ ਸਕੂਲ ਵਾਲੀ, ਇੱਥੋਂ ਸਾਰੇ ਬੱਚੇ ਜਾਂ ਤਾਂ ਆਪਣੇ ਸਾਧਨਾਂ 'ਤੇ ਚੜ੍ਹਾ ਕੇ ਆਉਂਦੇ ਸੀ ਜਾਂ ਤੁਰ ਕੇ ਜਾਂਦੇ। ਮੰਗ ਪੱਤਰ ਦਿੱਤਾ ਤੁਸੀਂ ਨੇ, ਕਿੰਨੇ ਦਿਨ ਹੋ ਗਏ? ਕੋਈ ਡਾਕਟਰੋਂ ਫੋਨ ਆਇਆ ਤੁਹਾਡਾ? ਨਹੀਂ ਜੀ, 5 ਤਰੀਕ ਦਾ ਮੰਗ ਪੱਤਰ ਦਿੱਤਾ ਹੋਇਆ, ਹਾਲੇ ਤੱਕ ਕੋਈ ਨਹੀਂ ਆਇਆ। ਪਰ SDM ਸਾਹਿਬ ਨੇ ਉਦੋਂ ਕਿਹਾ ਸੀਗਾ ਵੀ ਜੇ ਅਸੀਂ ਉਹਨਾਂ ਨੂੰ ਸੰਮਨ ਕਰਦੇ ਹਾਂ, ਬੁਲਾਉਂਦੇ ਹਾਂ, ਵੀ ਜਿੱਦਣ ਬੁਲਾਏ ਤਾਂ ਤੁਹਾਨੂੰ 4 ਬੰਦਿਆਂ ਨੂੰ ਵਿੱਚ ਬਿਠਾ ਕੇ ਗੱਲਬਾਤ ਕਰਾਂਗੇ, ਅਤੇ ਹਾਲੇ ਤੱਕ ਕੋਈ ਫੋਨ ਨਹੀਂ ਆਇਆ ਉਹਨਾਂ ਦਾ, ਨਾ ਕੋਈ ਗੱਲਬਾਤ ਆ। ਕੱਲ੍ਹ ਨੂੰ ਜਾਵਾਂਗੇ ਅਸੀਂ ਪਤਾ ਕਰ। ਤੁਸੀਂ ਦੱਸ ਰਹੇ ਸੀ ਕਿ ਲੋਕਾਂ ਦੇ ਘਰਾਂ 'ਚ ਸੀਵਰੇਜ ਦਾ ਪਾਣੀ ਪਾਸ ਪਾਉਣ ਲੱਗ ਗਿਆ ਜੀ? ਜੀ ਬਿਲਕੁਲ। ਹਾਂ ਸੀਵਰੇਜ ਦਾ ਜੀ ਕੀ ਹੋਇਆ, ਸੀਵਰੇਜ ਦਾ ਅੱਗੇ ਟਿਊਬਲ ਨਹੀਂ ਲੱਗ ਰਿਹਾ ਜੀ। ਜਿਹੜਾ ਸੀਵਰੇਜ ਖਿੱਚਣਾ ਆ ਪੈਪਾਂ ਦੂਈਆਂ ਨੇ, ਬਦਲੀਆਂ ਨੇ, ਅੱਗੇ ਇਹਦੇ ਟਿਊਬਲ ਲੱਗਦਾ, ਪਹਿਲਾਂ ਵਾਲਾ ਤਾਂ ਕੰਮ ਹੁੰਦਾ ਸੀ, ਬੜੀਆਂ ਭੜੋਲੀਆਂ ਪੈ ਜਾਂਦੀਆਂ ਸੀ ਅਤੇ ਨਿਕਲੀ ਜਾਂਦਾ ਸੀ ਹੌਲੀ ਹੌਲੀ। ਆਹ ਹੁਣ ਸੀਵਰੇਜ ਪੈਪਾਂ ਪਈਆਂ ਨੇ ਦੂਈਆਂ, ਨਵੀਂ ਟੈਕਨੋਲੋਜੀ 'ਚ ਪਿਆ, ਇਹਦੇ ਮੂਹਰੇ ਟਿਊਬਲ ਲੱਗਣਾ ਸੀਗਾ, ਉਹ ਲੱਗੇ ਨਹੀਂ ਜੀ। ਕਮੇਟੀ ਨੇ ਕੀ ਕੀਤਾ, ਕਹਿੰਦੇ ਕਨੈਕਸ਼ਨ ਲੈ ਲਓ, ਫੀਸਾਂ ਲਈ ਜਾਂਦੇ ਨੇ, ਪੈਸੇ ਇਕੱਠੇ ਕਰੀ ਜਾਂਦੇ ਨੇ, ਸੀਵਰੇਜ ਚਲਾ ਨਹੀਂ ਰਹੇ, ਲੋਕਾਂ ਦੇ ਘਰੇ ਆ ਰਿਹਾ ਜੀ ਵਾਪਸ। ਆਹ ਤਾਂ ਜਿੱਦਣ ਹੁਣ 2-4 ਮੀਂਹ ਆ ਗਏ, ਤੁਸੀਂ ਦੇਖਿਓ, ਤੁਸੀਂ ਮੀਂਹ ਦੇ ਵਿੱਚ ਆ ਜਾਓ, ਤੁਹਾਨੂੰ ਮੈਂ ਦਿਖਾ ਦੂੰ ਲੋਕਾਂ ਦੇ ਘਰੇ ਕਿਵੇਂ ਜਾ ਰਿਹਾ ਸਾਰਾ ਕੁਝ। ਵਿੱਚ ਆਉਂਦੇ ਮੈਂ, ਸਰਕਾਰ ਨੇ ਕਿਹਾ ਸੀ ਕਿ ਸਾਡੇ ਅਧਿਕਾਰੀ ਕਰਪਸ਼ਨ ਕਰਨਗੇ ਤਾਂ ਸਜ਼ਾ ਮਿਲੇਗੀ, ਠੀਕ ਹੈ, ਕਰਪਸ਼ਨ ਦੀ ਸਜ਼ਾ ਮਿਲੂਗੀ। ਆਹ ਤਾਂ ਜੀ, ਲੇਕਿਨ ਲੱਗਿਆ ਸੀ ਕਰਪਸ਼ਨ ਘਟੀ ਹੈ? ਮੈਂ ਕਹਿੰਦਾ ਜੀ ਰੋਜ਼ ਕਤਲ ਹੋ ਰਹੇ ਨੇ, ਰੋਜ਼ ਡਾਕੇ ਵੱਜ ਰਹੇ ਨੇ, ਰੋਜ਼ ਆਪਣੇ ਸੰਗਰੂਰ ਦੇ ਵਿੱਚ ਜ਼ਿਆਦਾ ਨਹੀਂ ਤਾਂ 5-4 ਮੋਟਰਸਾਈਕਲ ਚੋਰੀ ਹੁੰਦੇ ਹੀ ਹੁੰਦੇ ਨੇਗੇ, ਰੋਜ਼ ਇੱਕ ਲੜਾਈ ਝਗੜੇ। ਅੱਗੇ ਤਾਂ ਹੁੰਦੇ ਸੀ ਨਾ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਹੁਣ ਸਭ ਤੋਂ ਵੱਧ ਜਿੱਦਣ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ, ਕਤਲ, ਡਕੈਤੀ, ਪੂਰਾ ਚੋਰਾਂ ਨੇ ਗੰਦ ਪਾਇਆ ਹੋਇਆ ਇੱਥੇ। ਸਰਕਾਰ ਪਤਾ ਨਹੀਂ ਕਿੱਧਰ ਸੁੱਤੀ ਪਈ ਆ, ਹੋਰ ਸਟੇਟਾਂ 'ਚ ਜਾ ਕੇ ਪ੍ਰਚਾਰ ਕਰ ਰਹੇ ਨੇ ਜਿਹੜੇ ਹੈਗੇ ਨੇ। ਆਹ ਹੁਣ ਨਵੀਂ ਖਬਰ ਆਈ ਆ, ਜਿਹੜੇ ਆਹ 50% ਅੰਗਹੀਣੇ ਦੀਗੇ, ਅੰਗਹੀਣੇ ਨੇ ਆਪਣੇ 50% ਉਹਨਾਂ ਦੀ ਪੁਲਿਸ ਨੇ ਬੰਦ ਕਰਤੀ। ਸਰ ਜੇ ਤੁਹਾਡਾ ਲੱਗਦਾ ਗਲੀ ਦਾ ਕੰਮ ਤਾਂ ਤੁਸੀਂ ਮੰਗ ਪੱਤਰ ਤਾਂ ਕੱਲ੍ਹ ਮਿਲਣਾ ਅਫਸਰਾਂ ਨੂੰ, ਜੇ ਕੰਮ ਨਾ ਹੋਇਆ ਅਤੇ ਇਹ ਸੁਧਾਰ ਨਾ ਹੋਇਆ ਤਾਂ ਠੇਕੇਦਾਰ 'ਤੇ ਕਾਰਵਾਈ ਨਾ ਆਈ, ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਇਆ? ਅਸੀਂ ਸਰ ਧਰਨਾ ਲਾਵਾਂਗੇ, ਰੋਡ ਜਾਮ ਕਰਾਂਗੇ, ਜੇ DC ਸਾਹਿਬ ਗੇਟ 'ਤੇ ਰੈਲੀ ਉਹ ਕਰਾਂਗੇ ਜੀ, ਧਰਨਾ ਲਾਵਾਂਗੇ ਅਸੀਂ। ਅਸੀਂ ਸਾਰੇ ਇਕੱਠੇ ਹੋ ਕੇ, ਪਹਿਲਾਂ ਵੀ ਅਸੀਂ ਧਰਨਾ ਲਾਇਆ ਸੀ, ਪਹਿਲਾਂ ਵੀ ਜਦੋਂ ਸਾਡਾ ਕੰਮ ਨਹੀਂ ਹੁੰਦਾ ਉਦੋਂ ਵੀ ਪ੍ਰਸ਼ਾਸਨ ਨੂੰ ਪਤਾ, ਅਸੀਂ ਦੁਬਾਰੇ ਫਿਰ ਉਹ ਕਰਾਂਗੇ ਜੀ, ਸੰਘਰਸ਼ ਕਰਾਂਗੇ। ਆਏ ਹੁਣ ਗਲੀ ਹਾਲੇ ਤਾਂ ਮਹੀਨਾ ਹੋਇਆ ਜੀ, ਆਹ 2-4 ਮੀਂਹ ਆ ਗਏ, ਅਸੀਂ ਇਦੋਂ ਬਾਅਦ ਕਿੱਥੇ ਜਾਵਾਂਗੇ? ਅਤੇ ਜੋ ਇੱਕ ਹਲੇ ਮੇਨ ਫਿਲਹਾਲ ਇਹੀ ਗਲੀ ਬਣੀ ਹੈ ਜੀ, ਅਤੇ 3 ਨੰਬਰ ਬਣੀ ਆ, 3 ਨੰਬਰ ਕੁਛ ਬਣੀ ਹੋਈ ਸੀ, ਕੁਛ ਬਾਅਦ 'ਚੋਂ ਬਣੀ ਆ, ਵਿੱਚ ਟੋਟੇ ਬਣਾਏ ਆ ਇਹਨਾਂ ਨੇ। ਅਤੇ ਜੋ ਇਹ ਗਲੀ ਦੇ ਵਿੱਚ ਇਹਨਾਂ ਨੇ ਮਟੀਰੀਅਲ ਲਾਇਆ ਸਰ, ਬਿਲਕੁਲ ਘਟੀਆ ਮਟੀਰੀਅਲ ਲਾਇਆ ਗਾ,
ਕਿਉਂਕਿ ਨਾ ਤਾਂ ਇਹਨਾਂ ਨੇ ਇਹਦੇ ਵਿੱਚ ਕੋਈ ਰੇਤਾ ਸਮਿੰਟ ਪਾਇਆ, ਨਾ ਰੋਡ ਰੋਲਰ, ਨਾ ਦੁਰਮਟ, ਕੁਛ ਨਹੀਂ ਫੇਰਿਆ ਗਾ ਇਹਨਾਂ ਨੇ। ਐਂ ਰੋਡ ਰੋਡੇ ਦੇ ਵਿੱਚ ਰੇਤਾ ਪਾ ਕੇ ਸਿੱਧੀਆਂ ਉੱਪਰ ਇੱਟਾਂ ਵਿਛਾਤੀਆਂ, ਕੋਈ ਲੇਵਲ ਨਹੀਂ ਕੱਢਿਆ, ਕੁਛ ਨਹੀਂ ਕੱਢਿਆ। ਜਦੋਂ ਇਹਦੇ ਪਾਣੀ ਮੀਂਹ ਆਉਂਦਾ, ਪਾਣੀ ਖੜਦਾ ਤਾਂ ਟੋਏ ਪੈ ਜਾਂਦੇ ਨੇ। ਸੀਵਰੇਜ ਦੇ ਕਨੈਕਸ਼ਨ ਬਾਰੇ ਗਿਣ ਚਾਹੋਗੇ? ਸੀਵਰੇਜ ਦੇ ਕਨੈਕਸ਼ਨ ਬਾਰੇ ਭਾਅ ਜੀ, ਹੁਣ ਐਂ ਆ ਵੀ ਹੁਣ ਜਿਨ੍ਹਾਂ ਨੇ ਕਨੈਕਸ਼ਨ ਕਰੇ ਨੇ ਸਰ, ਉਹ ਹਲੇ ਫਿਲਹਾਲ ਉਹਨਾਂ ਦੇ ਬੈਕ ਪਾਣੀ ਆ ਰਿਹਾ ਜੀ ਅੰਦਰ, ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੈਗੀ। ਇਸ ਤੋਂ ਪਹਿਲਾਂ ਨਾਲੀਆਂ ਲੱਗੀਆਂ ਸੀਗੀਆਂ? ਹਾਂਜੀ।